2022 नवें साल के उपलक्ष के फेयर माइंड इमीग्रेशन एंड कंसल्टेशन के वलों एक लक्ष्य स्कूल के बच्चों का 5 जनवरी को गार्डन पैलेस सानेवाल विखे नगर कौंसलर के प्रधान कैप्टन सुजीत सिंह हरा जी की अगवाई दे भंगड़ा डांस पार्टिसिपेट करवाया गया जिस विच मुंडे अते कुड़ियां ने भाग लिया। इस मौके ते सानेवाल दे काउंसलर अते मैंबर साहिबान पहुंचे। साडे रिपोर्टर सवरणजीत सिंह ने पहुंच के कवरेज करदे आ गलबात कीती, सो आओ देखदे हां एक रिपोर्ट। ਇੱਥੇ ਬਹੁਤ ਪ੍ਰਾਊਡਲੀ ਅਨਾਊਂਸ ਕਰ ਰਹੇ ਹਾਂ ਕਿ ਸਾਡੀ ਇੰਸਟੀਟਿਊਟ ਫੇਅਰ ਵਿੰਡ ਕੰਸਲਟੈਂਟਸ ਐਂਡ ਇਮੀਗ੍ਰੇਸ਼ਨ ਨੇ ਅਤੇ ਇੱਕ ਲਕਸ਼ ਸਕੂਲ ਹੈ ਜੀ ਸਾਡਾ ਸਾਹਨੇਵਾਲ ਦੇ ਵਿੱਚ ਇਟਸ ਮੈਂਟ ਫੋਰ ਸਪੈਸ਼ਲ ਕਿਡਸ ਹੂ ਆਰ ਬਲੈਸਡ ਬਾਈ ਗੋਡ ਸੋ ਉਹਨਾਂ ਦੇ ਲਈ ਅਸੀਂ ਪ੍ਰੋਗਰਾਮ ਔਰਗਨਾਈਜ਼ ਕੀਤਾ ਫੋਰ ਨਿਊ ਈਅਰ ਜਿਹਦੇ ਵਿੱਚ ਸਾਡੇ ਸਾਰੇ ਸਟਾਫ ਨੇ ਔਰ ਜੋ ਸਾਡੇ ਪ੍ਰੋਮੀਨੈਂਟ ਮੈਂਬਰਸ ਨੇ ਸੁਸਾਇਟੀ ਦੇ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਕਿ ਸਾਰੇ ਲੋਕ ਉਹਨਾਂ ਬੱਚਿਆਂ ਨਾਲ ਜੁੜਨ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਚੱਲੇ ਸੋ ਦੈਟ ਅਸੀਂ ਇਹ ਸੋਸ਼ਲ ਕੌਜ਼ ਆ ਜਿਹਦੇ ਨਾਲ ਅਸੀਂ ਜੁੜ ਕੇ ਬੱਚਿਆਂ ਦੀ ਹੈਲਪ ਕਰ ਸਕਦੇ ਹਾਂ। ਕੋਈ ਹੈਲਪ ਲਈ ਅੱਜ ਕੁਛ ਉਹਨਾਂ ਨੂੰ ਕੋਈ ਅਨਾਊਂਸ ਵੀ ਕੀਤਾ ਜਾਂ ਕਿੱਦਾਂ ਕੋਈ? ਹਾਂਜੀ ਕੀ ਉਹਨਾਂ ਨੂੰ ਅਸੀਂ ਪਾਰਕ ਦਾ ਵੀ ਅਨਾਊਂਸ ਕਰ ਰਹੇ ਹਾਂ ਕਿ ਵੈਰੀ ਸੂਨ ਅਸੀਂ ਰਿਕੁਐਸਟ ਪਾਵਾਂਗੇ ਕੌਂਸਲ ਨੂੰ ਕਿ ਉਹਨਾਂ ਨੂੰ ਇੱਕ ਵੈਰੀ ਵੈਰੀ ਕਲੋਜ਼ ਬਾਏ ਕੋਈ ਸਪੋਰਟਸ ਪਾਰਕ ਦਾ ਅਰੇਂਜ ਕੀਤਾ ਜਾਵੇ ਕਿ ਬੱਚੇ ਜ਼ਿਆਦਾ ਦੂਰ ਜਦੋਂ ਲੈ ਕੇ ਜਾਂਦੇ ਨੇ। ਗੁਰਪ੍ਰੀਤ ਮੈਮ ਜੋ ਇਹਨਾਂ ਦਾ ਬਹੁਤ ਹੀ ਸੋਹਣੇ ਤਰੀਕੇ ਨਾਲ ਲੁੱਕ ਆਫਟਰ ਕਰ ਰਹੇ ਨੇ ਜਿਨ੍ਹਾਂ ਨੂੰ ਦੇਖ ਕੇ ਮੈਂ ਪਰਸਨਲੀ ਬਹੁਤ ਜ਼ਿਆਦਾ ਇੰਪਰੈਸ ਹੁੰਦੀ ਹਾਂ। ਐਵਰੀ ਟਾਈਮ ਉਹਨਾਂ ਦਾ ਸਕੂਲ ਅਸੀਂ ਵਿਜ਼ਿਟ ਕਰਦੇ ਹਾਂ ਕਿ ਉਹ ਇੰਨੇ ਸੋਹਣੇ ਤਰੀਕੇ ਨਾਲ ਬੱਚਿਆਂ ਨੂੰ ਲੁੱਕ ਆਫਟਰ ਕਰ ਰਹੇ ਆ। ਉਹਨਾਂ ਦੀ ਇਹ ਸਮੱਸਿਆ ਹੈਗੀ ਹੈ। ਸੋਸ਼ਲ ਜਿਹੜੀਆਂ ਸੰਸਥਾਵਾਂ ਨੇ ਆਪਣੀਆਂ ਉਹ ਕਰਦੀਆਂ ਨੇ ਜਿਵੇਂ ਤੁਸੀਂ ਕਰ ਰਹੇ ਹੋ, ਹੋਰ ਵੀ ਪੰਜਾਬ ਦੇ ਅੰਦਰ ਕਰਦੀ। ਸਰਕਾਰੀ ਲੈਵਲ 'ਤੇ ਕੋਈ ਇੱਦਾਂ ਦੀ ਬੱਚਿਆਂ ਨੂੰ ਕਿਤੇ ਏਡ ਮਿਲਦੀ ਹੈ ਜਾਂ ਤੁਸੀਂ ਮੰਗ ਰੱਖਦੇ ਹੋ ਵੀ ਇਹਨਾਂ ਦੇ ਲਈ ਕੀ ਕੋਈ ਵੱਡਾ ਕੋਈ ਫੈਸਟੀਵਲ ਕੋਈ ਇਹੋ ਜਿਹਾ ਪ੍ਰੋਗਰਾਮ ਹੋਣਾ ਚਾਹੀਦਾ? ਹਾਂਜੀ, ਜੋ ਅਸੀਂ ਆਪਣੇ ਲੈਵਲ 'ਤੇ ਕਰਵਾ ਸਕਦੇ ਹਾਂ ਉਹ ਤਾਂ ਅਸੀਂ ਕਰਵਾਉਂਦੇ ਹੀ ਹਾਂ। ਐਵਰੀ ਈਅਰ ਬੱਚਿਆਂ ਨੂੰ ਅਸੀਂ ਆਪਣਾ ਸਾਡਾ ਆਪਣਾ ਇੱਕ ਬੈਂਕਟ ਹਾਲ ਆ ਜਿਹਦੇ ਵਿੱਚ ਬੁਲਾ ਕੇ ਅਸੀਂ ਉਹਨਾਂ ਨੂੰ ਐਂਟਰਟੇਨ ਕਰਦੇ ਹਾਂ। ਜੋ ਵੀ ਮਤਲਬ ਉਹਨਾਂ ਨੂੰ ਐਂਟਰਟੇਨਮੈਂਟ ਦਾ ਸਮਾਨ ਚਾਹੀਦਾ, ਵੱਟ ਐਵਰ ਦੇ ਰਿਕੁਆਇਰ, ਅਸੀਂ ਸਾਰੀ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਵੰਸ ਔਰ ਟਵਾਈਸ ਇਨ ਆ ਈਅਰ। ਔਰ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਨੂੰ ਇਹ ਮੌਕਾ ਮਿਲਦਾ ਉਹਨਾਂ ਨੂੰ ਸਪੋਰਟ ਕਰਨ ਦਾ। ਸੋ ਅਸੀਂ ਜੋ ਸਾਡੀ ਕੌਂਸਲ ਆ ਉਹਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਬੱਚਿਆਂ ਨੂੰ ਔਰ ਜੋ ਗੁਰਪ੍ਰੀਤ ਮੈਮ ਆ ਕਿ ਉਹਨਾਂ ਦੀ ਪੈਨਸ਼ਨਸ ਦਾ ਇੰਤਜ਼ਾਮ ਕੀਤਾ ਜਾਵੇ ਕਿ ਸੋ ਦੈਟ ਬੱਚਿਆਂ ਨੂੰ ਇਨ ਦਾ ਲੌਂਗਰ ਰਨ ਐਜ਼ ਦੇ ਆਰ ਗਰੋਇੰਗ ਅਪ ਜੋ ਜੋ ਉਹਨਾਂ ਦੀਆਂ ਨੀਡਸ ਐਵਰੀ ਡੇ ਦੀਆਂ ਵੱਧਦੀਆਂ ਨੇ ਜਾਂ ਚੇਂਜ ਹੁੰਦੀਆਂ ਨੇ ਉਹਨਾਂ ਦੀ ਹੈਲਪ ਗੁਰਪ੍ਰੀਤ ਮੈਮ ਇਹਨਾਂ ਨਾਈਸ ਵੇ ਕਰ ਸਕਣ। ਕਿਹੜੀ ਕਲਾਸ ਤੋਂ? ਓਕੇ, ਅਤੇ ਇੱਥੇ ਅੱਜ ਕੀ ਕੀਤਾ ਤੁਸੀਂ ਪਾਰਟੀਸਪੇਟ? ਹਾਂਜੀ, ਡਾਂਸ ਦੇ ਵਿੱਚ। ਕਿੱਦਾਂ ਲੱਗਿਆ ਪ੍ਰੋਗਰਾਮ? ਰਾਜ ਤੇਰਾ ਕੀ ਨਾਮ? ਮੇਰਾ ਨਾਮ ਜਸ਼ਨਪ੍ਰੀਤ ਕੌਰ ਆ। ਓਕੇ, ਕਿਹੜੀ ਕਲਾਸ ਚੋਂ? ਮੈਂ ਇਹ ਫੇਅਰਵਿੰਡ ਇੰਸਟੀਟਿਊਟ ਵਿੱਚ ਆਈਲਸ ਕਰ ਰਹੀ ਹਾਂ। ਓਕੇ, ਕੀ ਅੱਜ ਪਾਰਟੀਸਪੇਸ਼ਨ? ਹਾਂਜੀ, ਅੱਜ ਮੇਰਾ ਭੰਗੜੇ ਦਾ ਪਰਫੋਰਮੈਂਸ ਸੀਗੀ ਅਤੇ ਬਹੁਤ ਵਧੀਆ ਲੱਗੇ ਸਾਨੂੰ ਕਰਕੇ ਅਤੇ ਬਹੁਤ ਵਧੀਆ ਐਕਸਪੀਰੀਅੰਸ ਪਾਇਆ। ਓਕੇ, ਪੜ੍ਹ ਕੇ ਫਿਰ ਕੀ ਕਰਨਾ ਮੈਂ, ਬਾਹਰ ਜਾਣਾ? ਹਾਂਜੀ, ਉਹ ਹੁਣ ਦੇਖੋ ਕੀ ਕਰਦਾ। ਆਈਲੈਟ ਕਰਦੇ ਹੋ? ਕੀ ਕਰਦੇ? ਆਈਲੈਟ ਕਰਦੇ। ਓਕੇ, ਹਾਂ ਵੀਰ ਜੀ, ਤੇਰਾ ਨਾਮ ਕੀ ਆ? ਹਰਸਿਮਰਨ ਕੌਰ। ਕਿਹੜਾ ਪਿੰਡ ਆ? ਮੇਰਾ ਸਾਨੀਆ। ਸਾਨੀਆ, ਅੱਜ ਕਿਵੇਂ ਲੱਗਿਆ ਪ੍ਰੋਗਰਾਮ? ਬਹੁਤ ਜ਼ਿਆਦਾ ਵਧੀਆ ਲੱਗਿਆ ਇਹਦਾ ਐਕਸਪੀਰੀਅੰਸ। ਮੈਂ ਚਾਹੂੰਗੀ ਮੈਨੂੰ ਨੈਕਸਟ ਟਾਈਮ ਫਿਰ ਤੋਂ ਮਿਲੇ। ਅੱਛਾ, ਅਤੇ ਬਹੁਤ ਜ਼ਿਆਦਾ ਵਧੀਆ ਪਰਫੋਰਮੈਂਸ ਵੀ ਸਾਡੀ ਰਹੀ ਹੈ ਅਤੇ ਸਾਨੂੰ ਟੀਚਰਸ ਵੀ ਸਾਡੇ 'ਤੇ ਮਾਣ ਰਹੇ ਆ, ਬਾਕੀ ਬਹੁਤ ਵਧੀਆ ਰਹੀ ਹੈ। ਹਾਂਜੀ, ਸ਼ਿਖਾ ਰਾਣਾ। ਕਿਹੜੀ ਜਗ੍ਹਾ 'ਤੇ ਰਹਿਣ ਵਾਲੇ ਹੋ? ਫਾਰਮ ਗਾਰਡਨ ਸਾਹਨੇਵਾਲ। ਅਤੇ ਅੱਜ ਦਾ ਪਾਰਟੀਸਪੇਸ਼ਨ ਕੀਤਾ? ਨਹੀਂ, ਮੈਂ ਬਸ ਵੇਖਣ ਹੀ ਆਈ ਸੀ। ਕਿਵੇਂ ਲੱਗਿਆ ਪ੍ਰੋਗਰਾਮ? ਹਾਂਜੀ, ਪ੍ਰੋਗਰਾਮ ਕਿੱਦਾਂ ਲੱਗਿਆ? ਬਹੁਤ ਵਧੀਆ ਸੀ, ਮਜ਼ਾ ਆਇਆ। ਕੀ ਮੈਸੇਜ ਤੁਹਾਡਾ ਕੀ ਹੈਗਾ ਵਾ ਜਿਵੇਂ ਅੱਜ ਬੱਚੇ ਹੋ? ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ, ਜ਼ਰੂਰੀ ਨਹੀਂ ਕਿ ਜੋ ਡਿਸੇਬਲ ਪਰਸਨ ਹੈ ਕਿ ਉਨਕੀ ਅਬਿਲਿਟੀ ਕੁਛ ਹੈ ਨਹੀਂ, ਉਹ ਕੁਛ ਕਰ ਨਹੀਂ ਸਕਦੇ ਹੈ, ਸੋ ਸਭ ਕੋ ਪ੍ਰੋਤਸ਼ਾਹਿਤ ਕਰਨਾ ਚਾਹੀਦਾ। ਅੱਜ ਸਾਹਨੇਵਾਲ ਵਿਖੇ ਅਸੀਂ ਸਾਰੇ ਹੀ ਸ਼ਹਿਰ ਦੇ ਔਰ ਇਲਾਕੇ ਦੇ ਪਤਵੰਤੇ ਸੱਜਣ
ਸਾਡੇ ਸ਼ਹਿਰ ਦੇ ਕੌਂਸਲਰ ਸਾਹਿਬਾਂ, ਸੀਨੀਅਰ ਸਿਟੀਜ਼ਨਸ ਔਰ ਅਲੱਗ ਅਲੱਗ ਸਾਡੀਆਂ ਜਿਹੜੀਆਂ ਐਜੂਕੇਸ਼ਨਲ ਇੰਸਟੀਚਿਊਟਸ ਨੇ ਉਹਨਾਂ ਦੇ ਮੈਨੇਜਮੈਂਟ ਔਰ ਇਲਾਕੇ ਦੇ ਬਾਕੀ ਸਾਡੇ ਸਰਪੰਚ ਪੰਚ ਸਾਹਿਬਾਨ, ਅੱਜ ਸਾਰੇ ਅਸੀਂ ਇਕੱਠੇ ਹੋ ਕੇ ਇੱਥੇ ਇੱਕ ਸਕੂਲ ਹੈਗਾ ਏਕ ਲਕਸ਼ ਦੇ ਨਾਂ 'ਤੇ, ਸਪੈਸ਼ਲ ਕਿਡਸ ਕਹਿ ਦਿੰਦੇ ਹਾਂ ਅਸੀਂ ਉਹਨਾਂ ਬੱਚਿਆਂ ਦੇ ਨਾਲ ਸਾਰਿਆਂ ਨੇ ਅਸੀਂ ਰਲ ਕੇ ਅੱਜ ਨਵਾਂ ਸਾਲ ਮਨਾਇਆ। ਤਕਰੀਬਨ 3-4 ਘੰਟੇ ਉਹਨਾਂ ਬੱਚਿਆਂ ਨੇ ਆਪਣੀ ਪਰਫੋਰਮੈਂਸ ਦਿੱਤੀ ਔਰ ਦੇਖ ਕੇ ਬੜਾ, ਮੈਂ ਕਹੂੰਗਾ, ਮਨ ਨੂੰ ਬੜੀ ਖੁਸ਼ੀ ਮਿਲੀ ਕਿ ਇਹ ਬੱਚੇ ਵੀ ਇੱਕ ਨੋਰਮਲ ਬੱਚਿਆਂ ਦੀ ਤਰ੍ਹਾਂ ਪਰਫੋਰਮ ਕਰ ਰਹੇ ਨੇ ਔਰ ਇਹਨਾਂ ਨੂੰ ਬੜੇ ਚੰਗੇ ਢੰਗ ਦੇ ਨਾਲ ਜਿਹੜੇ ਇਹਨਾਂ ਦੇ ਟੀਚਰ ਨੇ, ਜਿਹੜੇ ਇਹਨਾਂ ਦੀ ਮੈਨੇਜਮੈਂਟ ਦੇ ਵਿੱਚ ਨੇ, ਗੁਰਪ੍ਰੀਤ ਕੌਰ ਮੈਡਮ ਔਰ ਜੋ ਸੰਸਥਾਵਾਂ ਇਹਨਾਂ ਨੂੰ ਸਪੋਰਟ ਕਰਦੀਆਂ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਔਰ ਵਧਾਈ ਵੀ ਦਿੰਦਾ ਵੀ ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਇਹਨਾਂ ਬੱਚਿਆਂ ਨੂੰ ਗਾਈਡ ਕੀਤਾ ਔਰ ਸਟੇਜ 'ਤੇ ਆ ਕੇ ਜਿੱਥੇ ਕਿ ਇੱਕ ਚੰਗਾ ਭਲਾ ਬੰਦਾ ਸਟੇਜ 'ਤੇ ਖੜ੍ਹਦਾ ਕਈ ਵਾਰੀ ਲੱਤਾਂ ਕੰਬਣ ਲੱਗ ਜਾਂਦੀਆਂ ਨੇ, ਉੱਥੇ ਇਹਨਾਂ ਬੱਚਿਆਂ ਨੇ ਇੰਨੀਆਂ ਸੋਹਣੀਆਂ ਪਰਫੋਰਮੈਂਸ ਦਿੱਤੀਆਂ, ਸਭ ਨੇ ਉਸਦਾ ਆਨੰਦ ਮਾਣਿਆ ਔਰ ਸਾਡੇ ਇੱਥੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਂਬਰ ਵੀ ਖੜ੍ਹੇ ਨੇ, ਸਾਡੇ ਐਜੂਕੇਸ਼ਨਿਸਟ ਨੇ ਬੜੇ, ਸਾਡੇ ਬੜੇ ਕਾਬਲ ਦਲਜੀਤ ਸਿੰਘ ਜੀ ਖੜ੍ਹੇ ਨੇ, ਸਾਡੇ ਕੌਂਸਲਰ ਨੇ ਸ਼ਮਸ਼ੇਰ ਸਿੰਘ ਜੀ, ਸਾਡੇ ਪੁਸ਼ਪਿੰਦਰ ਸਿੰਘ ਦੀ ਐਗਰੀਕਲਚਰ ਸੁਸਾਇਟੀ ਦੇ ਚੇਅਰਮੈਨ ਨੇ, ਉਹ ਖੜ੍ਹੇ ਨੇ, ਹੋਰ ਮੇਰੇ ਪਿੰਡ ਤੋਂ ਦੋਸਤ ਨੇ, ਹੋਰ ਬਾਕੀ ਇਲਾਕੇ ਦੇ ਬਹੁਤ ਹੀ ਪਤਵੰਤੇ ਸੱਜਣ ਜੋ ਇੱਥੇ ਇਕੱਠੇ ਹੋਏ ਸੀਗੇ। ਇੱਕ ਦੇਖੋ, ਇੱਕ ਫਰਜ਼ ਬਣਦਾ ਸਾਡੇ ਸਮਾਜ ਦਾ, ਇੱਕ ਮੇਰੇ ਵੱਲੋਂ ਬੇਨਤੀ ਵੀ ਆ, ਅੱਗੇ ਵੀ ਅਸੀਂ ਇਹਨਾਂ ਦੀ ਫੰਕਸ਼ਨ ਅਸੀਂ ਸੈਲੀਬ੍ਰੇਟ ਕਰਦੇ ਹਾਂ, ਕਦੇ ਇਹਨਾਂ ਨਾਲ ਦਿਵਾਲੀ ਮਨਾ ਲਈਦੀ ਆ, ਕਦੇ ਲੋਹੜੀ ਮਨਾ ਲਈਦੀ ਆ ਔਰ ਅੱਜ ਜਿਵੇਂ ਇਹ ਅਸੀਂ ਇੱਕ ਸੈਲੀਬ੍ਰੇਸ਼ਨ ਕੀਤੀ ਆ, ਇਸ ਤੋਂ ਬਿਨਾਂ ਮੈਂ ਅੱਗੇ ਵੀ ਕਿਹਾ ਅਤੇ ਮੈਂ ਫਿਰ ਬੇਨਤੀ ਕਰਦਾ ਵੀ ਸਾਡੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ, ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਕਿ ਕੁਛ ਸਮਾਂ ਕੱਢ ਕੇ ਇਹਨਾਂ ਬੱਚਿਆਂ ਕੋਲ ਚਾਹੇ ਅੱਧਾ ਘੰਟਾ ਜਾਂ 15 ਮਿੰਟ ਜ਼ਰੂਰ ਬਤੀਤ ਕਰਿਆ ਕਰੋ ਤਾਂ ਕਿ ਇੱਕ ਆਪਾਂ ਨੂੰ ਜ਼ਿੰਦਗੀ ਦਾ ਅਹਿਸਾਸ ਹੋਵੇ ਵੀ ਜ਼ਿੰਦਗੀ ਕਿੱਥੇ ਬਣ ਰਹੀ ਹੈ ਔਰ ਇਸ ਦੇ ਨਾਲ ਹੀ ਇਹਨਾਂ ਬੱਚਿਆਂ ਨੂੰ ਉਤਸ਼ਾਹ ਮਿਲ ਜਾਂਦਾ। ਇਸ ਤਰ੍ਹਾਂ ਦਾ ਬੱਚਿਆਂ ਦੇ ਵਿੱਚ ਉਤਸ਼ਾਹ ਸੀਗਾ ਜਿਹੜੇ ਸਰ, ਅੱਜ ਦਾ ਜਿਹੜਾ ਅਸੀਂ ਨਿਊ ਈਅਰ ਦਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਤਾਂ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਸੀ, ਬੱਚਿਆਂ ਨੇ ਬਹੁਤ ਇੰਜੋਏ ਕੀਤਾ ਇੱਥੇ ਆ ਕੇ ਸਕੂਲ ਦੇ ਇੱਥੇ ਆ ਕੇ ਅਤੇ ਕਾਫੀ ਜ਼ਿਆਦਾ ਇਹਨਾਂ ਨੂੰ ਸਭ ਨੇ ਮੋਟੀਵੇਟ ਵੀ ਕੀਤਾ। ਸਾਡਾ ਵੀ ਲਕਸ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਹਰ ਇੱਕ ਸਟੇਜ ਦੇ ਉੱਤੇ ਪਰਫੋਰਮ ਲੈ ਕੇ ਆਈਏ ਅਤੇ ਸੋਸਾਇਟੀ ਦੇ ਨਾਲ ਜੁੜੀਏ।